ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ PSAT Study Notes ਦੇ ਉੱਪਰ ਜੀ ਸੋ ਮਾਸਟਰ ਕਲਾਸਰ ਐਸਐਸਟੀ ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੇ 6 ਚੁਜ਼ ਕੀਤਾ ਜੀ ਉਹਨਾਂ ਵਾਸਤੇ PSAT ਦੀ ਪ੍ਰੈਪਰੇਸ਼ਨ ਕਰ ਰਹੇ ਸਟੂਡੈਂਟ ਸੀਟਾਟ ਦੀ ਪ੍ਰੈਪਰੇਸ਼ਨ ਕਰ ਰਹੇ ਸਟੂਡੈਂਟ ਵਾਸਤੇ ਅੱਜ ਆਪਾਂ ਕਰਾਂਗੇ ਜੀ ਲੈਸਨ ਨੰਬਰ 5 ਜਿਸ ਦੇ ਵਿੱਚ ਆਪਾਂ ਰਾਸ਼ਟਰਪਤੀ ਦੇ ਨਾਲ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਇੰਪੋਰਟੈਂਟ ਜਿਹੜੇ ਕੁਐਸਚਨ ਨੇ ਉਹ ਡਿਸਕਸ ਕਰਾਂਗੇ ਜੀ ਇਸ ਤੋਂ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਭਾਰਤ ਦਾ ਜਿਹੜਾ ਸਵਿਧਾਨ ਹੈ ਉਸ ਦੇ ਸਵਦੇਸ਼ ਅਨੁਸ਼ੇਦ ਆਰਟੀਕਲ 79 ਮੁਤਾਬਕ ਸੰਘ ਦੀ ਜਿਹੜੀ ਇੱਕ ਸੰਸਦ ਹੋਵੇਗੀ ਜਿਸ ਵਿੱਚ ਰਾਸ਼ਟਰਪਤੀ ਤੇ ਦੋ ਸਦਨ ਸ਼ਾਮਲ ਹੋਣਗੇ ਜਿਵੇਂ ਰਾਜ ਸਭਾ ਉੱਪਰਲਾ ਸਦਨ ਤੇ ਲੋਕ ਸਭਾ ਹੇਠਲਾ ਸਦਨ ਜਿਹੜੇ ਉਹ ਹੋਣਗੇ ਲੋਕ ਸਭਾ ਤੇ ਰਾਜ ਸਭਾ ਆਪਾਂ ਡਿਸਕਸ ਕਰ ਚੁੱਕੇ ਆ ਜੀ ਇਸ ਤੋਂ ਪਹਿਲਾਂ ਚਾਰ ਵੀਡੀਓ ਦੇ ਵਿੱਚ ਚਾਰ ਲੈਸਨ ਦੇ ਵਿੱਚ ਡਿਟੇਲ ਦੇ ਵਿੱਚ ਸਾਰਾ ਕੁਝ ਆਪਾਂ ਐਮਸੀਕਿਊਜ਼ ਦੇ ਰਾਹੀਂ ਡਿਸਕਸ ਕਰ ਚੁੱਕੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਰਾਸ਼ਟਰਪਤੀ ਦੇ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਕਰਾਂਗੇ ਜੀ ਨਵੇਂ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਵਿੱਚ ਜਾ ਕੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਮਾਸਟਰ ਕਲਾਸ ਦੀ ਪ੍ਰੈਪਰੇਸ਼ਨ ਵਾਸਤੇ ਸਿਕਸ ਜੀਓਗ੍ਰਾਫੀ ਹਿਸਟਰੀ ਦੀ ਆ ਉਹ ਦੇਖ ਸਕਦੇ ਨੇ ਜਿੰਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਊਗਾ ਔਰ ਵੀਡੀਓ ਦੇ ਅੰਤ ਦੇ ਵਿੱਚ ਵੀ ਜਿਹੜੀ ਪਲੇਲਿਸਟ ਹੈ ਉਹ ਸ਼ੋ ਹੋ ਜਾਏਗੀ ਜੀ ਸੋ ਅੱਜ ਦੇ ਟੌਪਿਕ ਦਾ ਆਪਣਾ ਫਰਸਟ ਕੁਐਸਚਨ ਹੈ ਜੀ ਭਾਰਤੀ ਸੰਵਿਧਾਨ ਦੇ ਕਿਸ ਅਨੁਸ਼ੇਦ ਵਿੱਚ ਕਿਹਾ ਗਿਆ ਹੈ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ অপশন এ হ জি অনুচ্ছেদ 54 বি হ জি 53 সি হ জি 55 ডি হ জি 52 ਤਾਂ ਜਿਵੇਂ ਕਿ ਆਪਾਂ ਜਾਣਦੇ ਆ ਕਿ ਇੰਗਲੈਂਡ ਤੋਂ ਜਿਹੜੀ ਸੰਸਦ ਦੀ ਪ੍ਰਣਾਲੀ ਯਾਦ ਰੱਖਣਾ ਲਈ ਗਈ ਹੈ ਉਸੇ ਦੇ ਤਹਿਤ ਰਾਸ਼ਟਰਪਤੀ ਹੁੰਦਾ ਔਰ ਇਸ ਦਾ ਜਿਹੜਾ ਜ਼ਿਕਰ ਕੀਤਾ ਗਿਆ ਭਾਰਤੀ ਸੰਵਿਧਾਨ ਦੇ ਵਿੱਚ ਉਹ ਕੀਤਾ ਗਿਆ ਜੀ অনুচ্ছেদ 52 ਦੇ ਵਿੱਚ ਸੋ ਡੀ ਜਿਹੜਾ ਹੈ ਸਹੀ ਆਨਸਰ ਹੋਵੇਗਾ ਨੈਕਸਟ ਹੈ ਜੀ ਕੁਐਸਚਨ ਨੰਬਰ 2 ਰਾਸ਼ਟਰਪਤੀ ਦੀ ਚੋਣ ਵਿੱਚ ਕੌਣ-ਕੌਣ ਭਾਗ ਨਹੀਂ ਲੈਂਦਾ ਹੈ ਸੋ ਨਹੀਂ ਯਾਦ ਰੱਖਣਾ ਹੈ অপশন এ ਹੈ ਜੀ ਸੰਸਦ ਦੇ ਦੋਹਾਂ ಸದਨਾਂ ਦੇ ਚੁਣੇ ਹੋਏ ਮੈਂਬਰ B ਹੈ ਜੀ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ C ਹੈ ਜੀ ਦਿੱਲੀ ਅਤੇ ਪੰਡਿਚੇਰੀ ਦੇ ਚੁਣੇ ਹੋਏ ਮੈਂਬਰ D ਹੈ ਜੀ ਸੰਸਦ ਰਾਜ ਵਿਧਾਨ ਸਭਾਵਾਂ ਤੇ ਕੇਂਦਰ ਸਹਾਇਤ ਪ੍ਰਦੇਸ਼ਾਂ ਦਿੱਲੀ ਤੇ ਪੰਡਿਚੇਰੀ ਜਿਸ ਦੇ ਵਿੱਚ ਆ ਜਾਣਗੇ ਉਸ ਦੇ ਨਾਮਜ਼ਦ ਮੈਂਬਰ ਤਾਂ ਇਹਦਾ ਜਿਹੜਾ ਸਹੀ ਆਨਸਰ ਆਏਗਾ ਜੀ অপਸ਼ਨ D ਆਏਗਾ ਜੀ ਸੋ ਡੀ ਵਾਲੇ ਜਿਹੜੇ ਨਾਮਜ਼ਦ ਨੇ ਸੰਸਦ ਦੇ ਮੈਂਬਰ ਨੇ ਸੰਸਦ ਦੇ ਵਿੱਚ ਆ ਗਈ ਲੋਕ ਸਭਾ ਤੇ ਰਾਜ ਸਭਾ ਜਿਸ ਦੇ ਵਿੱਚ ਨਾਮਜ਼ਦ ਕੀਤੇ ਜਾਂਦੇ ਨੇ ਜਿਵੇਂ ਲੋਕ ਸਭਾ ਚ ਜਿਹੜਾ ਹੈ ਦੋ ਐਂਗਲੋ ਇੰਡੀਅਨ ਔਰ ਰਾਜ ਸਭਾ ਦੇ ਵਿੱਚ 12 ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ ਰਾਜ ਵਿਧਾਨ ਸਭਾਵਾਂ ਦੇ ਜਾਂ ਕੇਂਦਰ ਸਸ਼ਸਤ ਪ੍ਰਦੇਸ਼ਾਂ ਜਿਸ ਦੇ ਵਿੱਚ ਦਿੱਲੀ ਤੇ ਪੰਡਿਚਰੀ ਨੇ ਸੋ ਉਸ ਦੇ ਨਾਮਜ਼ਦ ਜਿਹੜੇ ਮੈਂਬਰ ਨੇ ਉਹੋ ਭਾਗ ਨਹੀਂ ਲੈਂਦੇ ਯਾਦ ਰੱਖਣਾ ਹੈ ਕਿ ਜਿਹੜੇ ਨਾਮਜਦ ਕੀਤੇ ਜਾਂਦੇ ਮੈਂਬਰ ਨੇ ਸੰਸਦ ਦੇ ਰਾਜ ਵਿਧਾਨ ਸਭਾਵਾਂ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਹ ਭਾਗ ਨਹੀਂ ਲੈਂਦੇ ਜੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਸੰਸਦ ਦੇ ਦੋਵੇਂ ਸਦਨ ਦੇ ਚੁਣੇ ਹੋਏ ਮੈਂਬਰ ਨੇ ਜਿਹੜੇ ਲੋਕ ਸੰਸਦ ਚ ਲੋਕ ਸਭਾ ਤੇ ਰਾਜ ਸਭਾ ਹੈ ਜੀ ਸੋ ਲੋਕ ਸਭਾ ਤੇ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਆਪਾਂ ਕਹਿ ਸਕਦੇ ਹਾਂ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਔਰ ਦਿੱਲੀ ਤੇ ਪਾਂਡੇਚੇਰੀ ਦੇ ਜਿਹੜੇ ਚੁਣੇ ਹੋਏ ਮੈਂਬਰ ਨੇ ਇਹਨਾਂ ਨੂੰ 70ਵਾਂ ਜਿਹੜਾ ਸੰਵਿਧਾਨਕ ਸ਼ੋਧ ਹੋਈ ਸੀ ਸੋ ਉਸ ਦੇ ਦੁਆਰਾ ਇਹਨਾਂ ਨੂੰ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਵੀ ਜਿਹੜੇ ਇਸਤੇ ਨੇ ਪੰਡਿਤ ਚਰਿਤ ਦਿੱਲੀ ਦੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਭਾਗ ਲੈਂਦੇ ਨੇ ਸੋ ਯਾਦ ਰੱਖਣਾ ਹੈ ਉੱਪਰਲੇ ਤਿੰਨੋਂ ਜਿਹੜੇ ਨੇ ਭਾਗ ਲੈਂਦੇ ਨੇ ਜੀ ਔਰ ਜਿਹੜੇ ਨਾਮਜ਼ਦ ਮੈਂਬਰ ਨੇ ਉਹ ਭਾਗ ਨਹੀਂ ਲੈਂਦੇ ਨੈਕਸਟ ਹੈ ਜੀ ਕੁਐਸਚਨ ਨੰਬਰ 3 ਭਾਰਤ ਦੀ ਜਨਨਾਂ ਦੀ ਸ਼ੁਰੂਆਤ ਕਿਸ ਤੋਂ ਕੀਤੀ ਜਾਂਦੀ ਹੈ ਆਪਸ਼ਨ A ਜੀ ਪ੍ਰਧਾਨ ਮੰਤਰੀ B ਹੈ ਜੀ ਰਾਜਪਾਲ C ਹੈ ਜੀ ਰਾਸ਼ਟਰਪਤੀ D ਹੈ ਜੀ ਕੋਈ ਨਹੀਂ ਤਾ ਇਸ ਤਾ ਜਿਹੜਾ ਸਹੀ ਆਨਸਰ ਆਏਗਾ ਜੀ ਉਹ ਆਏਗਾ ਜੀ অপਸ਼ਨ ਸੀ ਜੀ ਰਾਸ਼ਟਰਪਤੀ ਸੋ ਜਨਗਨਣਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਰਾਸ਼ਟਰਪਤੀ ਤੋਂ ਕੀਤੀ ਜਾਂਦੀ ਹੈ ਕਿਉਂਕਿ ਜਿਹੜਾ ਹੈ ਦੇਸ਼ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ ਰਾਸ਼ਟਰਪਤੀ ਸੀਟਟ ਚ ਕੁਐਸਚਨ ਆਇਆ ਸੀ ਕਿ ਦੇਸ਼ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ ਰਾਸ਼ਟਰਪਤੀ ਜੇਕਰ ਰਾਜ ਦਾ ਸਟੇਟ ਦਾ ਪੁੱਛਿਆ ਜਾਂਦਾ ਸੋ ਜਿਵੇਂ ਪੰਜਾਬ ਦਾ ਪਹਿਲਾ ਨਾਗਰਿਕ ਕੌਣ ਹੋਏਗਾ ਰਾਜਪਾਲ ਸੋ ਰਾਜਪਾਲ ਤੋਂ ਜਿਹੜੀ ਸਟੇਟ ਦੀ ਸ਼ੁਰੂ ਕੀਤੀ ਜਾਂਦੀ ਹੈ ਔਰ ਜਨਗਨਣਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਰਾਸ਼ਟਰਪਤੀ ਤੋਂ ਕੀਤੀ ਜਾਂਦੀ ਹੈ ਕਿਉਂਕਿ ਉਹ ਦੇਸ਼ ਦਾ ਪਹਿਲਾ ਨਾਗਰਿਕ ਹੈ ਔਰ ਇਸ ਤੋਂ ਇਲਾਵਾ ਦੇਸ਼ ਦਾ ਰਾਜ ਦਾ ਸੰਵਿਧਾਨਿਕ ਮੁਖੀਆ ਹੁੰਦਾ ਹੈ ਔਰ ਨਾ માત્ર ਕਾਰਜਪਾਲਿਕਾ ਦਾ ਵੀ ਮੁਖੀਆ ਹੁੰਦਾ ਹੈ ਰਾਸ਼ਟਰਪਤੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 4 ਭਾਰਤ ਦਾ ਰਾਸ਼ਟਰਪਤੀ ਬਣ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਆਪਸ਼ਨ A ਹੈ ਜੀ 25 ਸਾਲ B ਹੈ 30 ਸਾਲ C ਹੈ 35 ਸਾਲ D ਹੈ ਜੀ 40 ਸਾਲ ਤਾਂ ਸਹੀ ਆਨਸਰ ਆਏਗਾ ਜੀ অপਸ਼ਨ ਸੀ ਸੋ 35 ਸਾਲ ਉਮਰ ਚਾਹੀਦੀ ਹੈ ਜੀ ਰਾਜਪਾਲ ਸੋਰੀ ਇਹਦੀ ਰਾਜਪਾਲ ਦੀ ਔਰ ਰਾਸ਼ਟਰਪਤੀ ਦੋਨਾਂ ਦੀ ਚੋਣ ਵਾਸਤੇ ਜੀ ਔਰ 25 ਸਾਲ ਲੋਕ ਸਭਾ ਔਰ 30 ਸਾਲ ਜਿਹੜਾ ਹੈ ਰਾਜ ਸਭਾ ਦੀ ਚੋਣ ਵਾਸਤੇ ਉਮਰ ਚਾਹੀਦੀ ਹੈ ਸੋ ਇਸ ਚੀਜ਼ ਨੂੰ ਧਿਆਨ ਨਾਲ ਯਾਦ ਕਰ ਲਓ ਇਸਦੇ ਨਾਲ ਰਿਲੇਟਡ ਕੁਐਸਚਨ ਜਿਹੜਾ ਆ ਜਾਂਦਾ ਜੀ 25 ਸਾਲ ਚਾਹੀਦੀ ਹੈ ਲੋਕ ਸਭਾ ਲਈ 30 ਸਾਲ ਰਾਜ ਸਭਾ ਲਈ ਔਰ 35 ਸਾਲ ਰਾਸ਼ਟਰਪਤੀ ਤੇ ਰਾਜਪਾਲ ਅੱਗੇ ਆ ਜੀ ਕੁਐਸਚਨ ਨੰਬਰ ਆਪਣਾ ਪੰਜ ਹੈ ਜੀ ਰਾਸ਼ਟਰਪਤੀ ਦੀਆਂ ਯੋਗਤਾਵਾਂ ਕਿਸ ਅਨੁਸ਼ੇਦ ਵਿੱਚ ਜ਼ਿਕਰ ਕੀਤਾ ਗਿਆ ਜੀ ਰਾਸ਼ਟਰਪਤੀ ਦੀਆਂ ਯੋਗਤਾਵਾਂ ਦਾ ਆਪਸ਼ਨ A ਹੈ ਜੀ ਅਨੁਸ਼ੇਦ 58 B ਹੈ ਜੀ 54 C ਹੈ ਜੀ 61 D ਹੈ ਜੀ 49 ਇਸ ਦਾ ਜਿਹੜਾ ਸਹੀ ਆਨਸਰ ਆਏਗਾ ਆਪਸ਼ਨ A ਆਏਗਾ ਜੀ ਸੋ ਅਨੁਸ਼ੇਦ 58 ਦੇ ਵਿੱਚ ਜਿਹੜਾ ਹੈ ਜ਼ਿਕਰ ਕੀਤਾ ਗਿਆ ਹੈ ਰਾਸ਼ਟਰਪਤੀ ਦੀਆਂ ਯੋਗਤਾਵਾਂ ਦੀ ਕਿ ਕਿਹੜਾ ਵਿਅਕਤੀ ਜਿਹੜਾ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਜਿਵੇਂ ਕਿ ਉਹ ਭਾਰਤ ਦਾ ਨਾਗਰਿਕ ਹੋਵੇ ਉਸਦੀ ਉਮਰ ਜਿਹੜੀ 35 ਸਾਲ ਹੋਣੀ ਚਾਹੀਦੀ ਹੈ ਘੱਟੋ-ਘੱਟ ਔਰ ਚੋਣਾ ਸਮੇਂ ਕਿਸੇ ਵੀ ਲਾਭ ਦੇ ਪਦ ਤੇ ਬਰਾਜਮਾਨ ਨਹੀਂ ਹੋਣਾ ਚਾਹੀਦਾ ਅੱਗੇ ਆ ਜੀ ਕੁਐਸਚਨ ਨੰਬਰ 6 ਰਾਸ਼ਟਰਪਤੀ ਦੀ ਚੋਣ ਲਈ ਅਪਣਾਈ ਗਈ ਵਿਧੀ ਨੂੰ ਕੀ ਕਿਹਾ ਜਾਂਦਾ ਹੈ অপਸ਼ਨ A ਹੈ ਜੀ ਰਜਿੰਦਰ ਨਹਿਰੂ ਫਾਰਮੂਲਾ B ਹੈ ਜੀ ਪਟੇਲ ਨਹਿਰੂ ਫਾਰਮੂਲਾ C ਹੈ ਜੀ ਨਹਿਰੂ ਅੰਬੇਦਕਰ ਫਾਰਮੂਲਾ D ਹੈ ਜੀ ਪਟੇਲ ਅੰਬੇਦਕਰ ਫਾਰਮੂਲਾ ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਉਹ ਆਏਗਾ ਜੀ অপਸ਼ਨ C ਜੀ ਸੋ ਜਿਸ ਵਿਧੀ ਦੇ ਤਹਿਤ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਉਸ ਨੂੰ ਨਹਿਰੂ ਅੰਬੇਦਕਰ ਫਾਰਮੂਲਾ ਜਿਹੜਾ ਕਿਹਾ ਜਾਂਦਾ ਹੈ ਔਰ ਇਸ ਦਾ ਜਿਹੜਾ ਜ਼ਿਕਰ ਹੈ ਉਹ ਉਨਸ਼ੇਦ ਜਿਹੜਾ ਹੈ 54 ਤੇ 55 ਸੰਵਿਧਾਨ ਦਾ ਉਨਸ਼ੇਦ ਹੈ ਉਸ ਦੇ ਵਿੱਚ ਇਸ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਜੀ ਸੋ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜਿਹੜੇ ਚੋਣ ਮੰਡਲ ਦੀ ਚੋਣ ਮੰਡਲ ਦਾ ਜ਼ਿਕਰ ਕਿਸ ਉਨਸ਼ੇਦ ਦੇ ਵਿੱਚ ਕੀਤਾ ਗਿਆ ਤਾਂ 54 ਦਾ ਜਿਹੜਾ ਸੰਵਿਧਾਨ ਦਾ ਅਨੁਸ਼ੇਦ 54 ਹੈ ਉਸਦੇ ਵਿੱਚ ਚੋਣ ਮੰਡਲ ਦਾ ਜ਼ਿਕਰ ਕੀਤਾ ਗਿਆ ਕਿ ਕਿਸ ਤਰ੍ਹਾਂ ਦਾ ਚੋਣ ਮੰਡਲ ਜਿਹੜਾ ਹੈ ਰਾਸ਼ਟਰਪਤੀ ਦੀ ਚੋਣ ਕਰੇਗਾ ਔਰ ਉਸ ਵਿਧੀ ਨੂੰ ਨਾਮ ਕੀ ਦਿੱਤਾ ਗਿਆ ਨਹਿਰੂ ਅੰਬੇਦਕਰ ਫਾਰਮੂਲਾ ਕੁਐਸਚਨ ਨੰਬਰ ਹੈ ਜੀ 7 ਰਾਸ਼ਟਰਪਤੀ ਵਿਰੁੱਧ ਮਹਾਦੋਸ਼ਤਾ ਮੁਕਦਮਾ ਕਿਸ ਅਨੁਸ਼ੇਦ ਤਹਿਤ ਚਲਾਇਆ ਜਾ ਸਕਦਾ ਹੈ অপਸ਼ਨ A ਹੈ ਜੀ 69 B ਹੈ ਜੀ 61 C ਹੈ ਜੀ 68 D ਹੈ ਜੀ 64 ਤੋ ਆਪਾਂ ਜਾਣਦੇ ਹਾਂ ਕਿ ਰਾਸ਼ਟਰਪਤੀ ਨੂੰ ਕਾਰਜਕਾਲ ਤੋਂ ਪਹਿਲਾਂ ਵੀ ਮਹਾਦੋਸ਼ ਲਗਾ ਕੇ ਹਟਾਇਆ ਜਾ ਸਕਦਾ ਹੈ ਸੰਸਦ ਦੇ 2/3 ਬਹੁਮਤ ਦੁਆਰਾ। ਔਰ ਉਹ ਜ਼ਰਾ ਜ਼ਿਕਰ ਜਿਹੜਾ ਅਨੁਸ਼ੇਦ 61 ਦੇ ਵਿੱਚ ਕੀਤਾ ਗਿਆ ਹੈ ਆਪਸ਼ਨ B ਜਿਹੜਾ ਸਹੀ ਆਨਸਰ ਆਏਗਾ। ਕੁਐਸਚਨ ਨੰਬਰ ਅੱਗੇ 8 ਹੈ ਜੀ ਕਿਸੇ ਵੀ ਬਿਲ ਦੇ ਸੰਸਦ ਦੇ ਵਿੱਚ ਪਾਸ ਹੋਣ ਤੋਂ ਬਾਅਦ ਕਿਸੇ ਦੀ ਪ੍ਰਵਾਨਗੀ ਲੈਣੀ ਪੈਂਦੀ ਹੈ? ਆਪਸ਼ਨ A ਹੈ ਜੀ ਰਾਜਪਾਲ B ਹੈ ਜੀ ਔਟਾਰਨੀ ਜਨਰਲ C ਹੈ ਜੀ ਰਾਸ਼ਟਰਪਤੀ D ਹੈ ਜੀ ਕੋਈ ਨਹੀਂ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ C ਹੈ। ਕੋਈ ਵੀ ਬਿੱਲ ਜਿਹੜਾ ਕਾਨੂੰਨ ਉਦੋਂ ਹੀ ਬਣਦਾ ਹੈ ਰਾਸ਼ਟਰਪਤੀ ਦੀ ਜਦੋਂ ਉਸ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ। ਕੁਐਸਚਨ ਨੰਬਰ 9 ਹੈ ਜੀ ਅੱਗੇ। ਦੇਸ਼ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ? ਆਪਸ਼ਨ A ਜੀ ਪ੍ਰਧਾਨ ਮੰਤਰੀ B ਹੈ ਜੀ ਉਪ ਰਾਸ਼ਟਰਪਤੀ C ਹੈ ਜੀ ਰਾਸ਼ਟਰਪਤੀ D ਹੈ ਜੀ ਕੋਈ ਨਹੀਂ ਸਹੀ ਆਨਸਰ ਹੈ ਜੀ ਆਪਸ਼ਨ C। ਸੋ ਰਾਸ਼ਟਰਪਤੀ ਜਿਹੜਾ ਹੈ ਉਹ ਦੇਸ਼ ਦਾ ਸੰਵਿਧਾਨਕ ਮੁਖੀ ਹੁੰਦਾ ਹੈ। ਕੁਐਸਚਨ ਨੰਬਰ ਅੱਗੇ ਹੈ ਜੀ 10 ਅਸਲੀ ਕਾਰਜਪਾਲਿਕਾ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨ A ਜੀ ਪ੍ਰਧਾਨ ਮੰਤਰੀ B ਹੈ ਜੀ ਰਾਸ਼ਟਰਪਤੀ C ਹੈ ਜੀ ਉਪ ਰਾਸ਼ਟਰਪਤੀ ਡੀ ਹੈ ਜੀ ਸਪੀਕਰ ਸਹੀ ਆਨਸਰ ਆਏਗਾ ਜੀ অপਸ਼ਨ ਏ ਸੋ ਪ੍ਰਧਾਨ ਮੰਤਰੀ ਨੂੰ ਅਸਲੀ ਕਾਰਜਪਾਲਿਕਾ ਉਸਤੇ ਮੰਤਰੀ ਮੰਡਲ ਨੂੰ ਅਸਲੀ ਕਾਰਜਪਾਲਿਕਾ ਕਿਹਾ ਜਾਂਦਾ ਹੈ ਜਦਕਿ ਰਾਸ਼ਟਰਪਤੀ ਨੂੰ ਜਿਹੜਾ ਹੈ ਨਾ માત્ર ਕਾਰਜਪਾਲਿਕਾ ਜਾਂ ਰਬਰਟ ਸਟੈਂਪ ਕਿਹਾ ਜਾਂਦਾ ਜੀ ਕਿਉਂਕਿ ਰਾਸ਼ਟਰਪਤੀ ਜਿਹੜਾ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ ਮੰਤਰੀ ਮੰਡਲ ਦੀ ਸਲਾਹ ਨਾਲ ਹੀ ਸਾਰਾ ਕੁਝ ਜਿਹੜਾ ਉਹ ਕਰਦਾ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 11 ਕਿਸ ਅਨੁਸ਼ੇਦ ਅਨਸਾਰ ਭਾਰਤ ਦਾ ਨਾਗਰਿਕ ਜਿਹੜਾ ਵਿਅਕਤੀ ਹੈ ਜਿੰਨੀ ਵਾਰ ਚਾਹੇ ਰਾਸ਼ਟਰਪਤੀ ਪਦ ਲਈ ਚੁਣਿਆ ਜਾ ਸਕਦਾ ਹੈ ਜਾਂ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ অপਸ਼ਨ A ਹੈ ਜੀ ਅਨਸ਼ੇਦ 54 B ਹੈ ਜੀ 62 C ਹੈ ਜੀ 57 D ਹੈ ਜੀ 49 ਸਹੀ ਆਨਸਰ ਹੈ ਜੀ অপਸ਼ਨ C ਅਨਸ਼ੇਦ 57 ਦੇ ਅਨੁਸਾਰ ਜਿਹੜਾ ਹੈ ਭਾਰਤ ਦਾ ਨਾਗਰਿਕ ਵਿਅਕਤੀ ਜਿੰਨੀ ਵਾਰ ਮਰਜ਼ੀ ਚਾਹੇ ਰਾਸ਼ਟਰਪਤੀ ਦੀ ਚੋਣ ਜੜੀ ਆ ਉਹ ਨਟ ਸਕਦਾ नेक्स्ट ਹੈ ਜੀ ਕੁਐਸਚਨ ਨੰਬਰ 12 ਹੈ ਜੀ ਪਦਵੀ ਸੰਭਾਲਣ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਕਿਸ ਦੇ ਸਾਹਮਣੇ ਸਹੁੰ ਚੁਕਣੀ ਪੈਂਦੀ ਹੈ অপਸ਼ਨ ਹੈ ਜੀ ਰਾਸ਼ਟਰਪਤੀ ਬੀ ਹੈ ਸੰਸਦ ਸੀ ਹੈ ਸੁਪਰੀਮ ਕੋਰਟ ਦੇ ਮੁੱਖ ਜੱਜ ਡੀ ਹੈ ਜੀ ਕੋਈ ਨਹੀਂ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ অপਸ਼ਨ ਸੀ ਹੈ ਜੀ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਸਾਹਮਣੇ ਸੋ ਹਰੇਕ ਵਿਅਕਤੀ ਨੂੰ ਰਾਸ਼ਟਰਪਤੀ ਦੀ ਪਦਵੀ ਸੰਭਾਲਣ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਹਾਜ਼ਰੀ ਦੇ ਵਿੱਚ ਮਤਲਬ ਇਹ ਸਹੁੰ ਚੁਕਣੀ ਪੈਂਦੀ ਹੈ ਜਾਂ ਪ੍ਰਤੀਗਿਆ ਕਰਨੀ ਪੈਂਦੀ ਹੈ ਕਿ ਮੈਂ ਪ੍ਰਮਾਤਮਾ ਦੀ ਸਹੁੰ ਖਾਂਦਾ ਹਾਂ ਕਿ ਨਿਸ਼ਚੇ ਨਾਲ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਸਰਧਾਪੂਰਵਕ ਭਾਰਤ ਦੇ ਰਾਸ਼ਟਰਪਤੀ ਦੀ ਪਦਵੀ ਤੇ ਕਾਰਜ ਪਾਲਣ ਜਾਂ ਕਾਰਜ ਨਿਰਵਾਹ ਕਰਾਂਗਾ ਤੇ ਆਪਣੀ ਪੂਰੀ ਯੋਗਤਾ ਨਾਲ ਸੰਵਿਧਾਨ ਅਤੇ ਕਾਨੂੰਨ ਦੀ ਰੱਖਿਆ ਕਰਾਂਗਾ ਤੇ ਭਾਰਤੀ ਜਨਤਾ ਦੀ ਸੇਵਾ ਤੇ ਕਲਿਆਣ ਵਿੱਚ ਲੱਗਿਆ ਰਹਾਂਗਾ ਸੋ ਇਸ ਤਰ੍ਹਾਂ ਦੀ ਜਿਹੜੀ ਸਹੁੰ ਹੈ ਉਹ ਪਦਵੀ ਚੁੱਕਣ ਤੋਂ ਪਹਿਲਾਂ ਸੌਰੀ ਪਦਵੀ ਸੰਭਾਲਣ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮੁੱਖ ਜੱਜ ਦੇ ਸਾਹਮਣੇ ਚੱਕਣੀ ਪੈਂਦੀ ਹੈ ਔਰ ਇਸ ਦਾ ਜਿਹੜਾ ਜ਼ਿਕਰ ਹੈ ਉਹ ਉਨਸ਼ੇਦ 60 ਦੇ ਵਿੱਚ ਕੀਤਾ ਗਿਆ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 13 ਹੈ ਜੀ ਰਾਸ਼ਟਰਪਤੀ ਦੀ ਚੋਣ ਲੜਨ ਵਾਲੇ ਉਮੀਦਵਾਰ ਦਾ ਨਾਮ ਤਜਵੀਜ਼ ਕਰਨ ਵਾਲੇ ਅਤੇ ਉਸ ਦੀ ਪੁਸ਼ਟੀ ਕਰਨ ਵਾਲੇ ਚੋਣਕਾਰਾਂ ਦੀ ਗਿਣਤੀ ਕਿੰਨੀ ਜੜੀ ਹੈ ਉਹ ਫੂਣੀ ਚਾਹੀਦੀ ਹੈ অপਸ਼ਨ A ਹੈ ਜੀ 50 50 B ਹੈ ਜੀ 40 40 C ਹੈ ਜੀ 70 70 D ਹੈ ਜੀ 100 100 ਤਾਂ ਇਹਦਾ ਸਹੀ ਆਨਸਰ ਹੈ ਜੀ অপਸ਼ਨ A 100 ਜਿਹੜਾ ਉਮੀਦਵਾਰ ਰਾਸ਼ਟਰਪਤੀ ਦੀ ਚੋਣ ਲੜਨ ਵਾਲਾ ਉਸ ਦੇ ਨਾਮ ਜਿਹੜਾ ਹੈ 50 ਚੋਣਕਾਰਾਂ ਦੁਆਰਾ ਜਿਹੜਾ ਹੈ ਪ੍ਰਸਤਾਵਿਤ ਹੋਣਾ ਚਾਹੀਦਾ ਹੈ ਤੇ ਦੂਜੇ 50 ਚੋਣਕਾਰਾਂ ਦੁਆਰਾ ਜਿਹੜਾ ਹੈ ਉਸ ਤੇ ਨਾਮ ਦੀ ਪੁਸ਼ਟੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਜਿਹੜਾ ਹੈ ਚੋਣ ਲੜ ਸਕਦਾ ਸੋ ਚੋਣਕਾਰ ਕੌਣ ਹੋਣਗੇ ਜਿਵੇਂ ਸੰਸਦ ਦੇ ਵਿਧਾਨ ਸਭਾਵਾਂ ਦੇ ਜਿਹੜੇ ਚੁਣੇ ਹੋਏ ਮੈਂਬਰ ਹੋਗੇ ਜੀ ਕੁਐਸਚਨ ਨੰਬਰ 14 ਹੈ ਜੀ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ অপਸ਼ਨ A ਹੈ ਜੀ 6 ਸਾਲ B ਹੈ 4 ਸਾਲ C ਹੈ 5 ਸਾਲ D ਹੈ ਜੀ 65 ਸਾਲ ਸਹੀ ਆਨਸਰ ਹੈ ਜੀ অপਸ਼ਨ C ਜੀ ਸੋ 5 ਸਾਲ ਰਿਸ਼ਤਾ ਜਿਹੜਾ ਜ਼ਿਕਰ ਹੈ ਅਨੁਸ਼ੇਦ 56 ਦੇ ਵਿੱਚ ਹੈ ਜੀ ਪੁੱਛਿਆ ਜਾ ਸਕਦਾ ਹੈ ਕਿ ਕਿਸ ਅਨੁਸ਼ੇਦ ਦੇ ਤਹਿਤ ਜਿਹੜਾ ਰਾਸ਼ਟਰਪਤੀ ਦਾ ਕਾਰਜਕਾਲ ਹੈ ਉਹ 5 ਸਾਲ ਹੁੰਦਾ ਹੈ ਤਾਂ ਅਨੁਸ਼ੇਦ 56 ਦੇ ਤਹਿਤ ਲੇਕਿਨ ਮਹਾਦੋਸ਼ ਲਗਾ ਕੇ ਉਸ ਨੂੰ ਪਦਵੀ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ ਕੁਐਸਚਨ ਨੰਬਰ ਗਿਆ ਜੀ 15 ਕਿਸ ਅਨੁਸ਼ੇਦ ਅਧੀਨ ਰਾਸ਼ਟਰਪਤੀ ਤੇ ਸੰਵਿਧਾਨ ਦੀ ਉਲੰਘਣਾ ਕਰਨ ਤੇ ਮਹਾਦੋਸ਼ ਲਗਾਇਆ ਜਾ ਸਕਦਾ ਹੈ ਸੋ ਇਹ ਆਪਾਂ ਕਰ ਚੁੱਕੇ ਹਾਂ ਜੀ ਰਿਪੀਟਡ ਕੁਐਸਚਨ ਹੈ ਸੋ ਮਹਾਦੋਸ਼ ਲਗਾਇਆ ਜਾ ਸਕਦਾ ਜੀ ਅਨੁਸ਼ੇਦ 61 ਦਿੰਦਾ ਹੈ ਤੇ ਨੈਕਸਟ ਚੱਲਦੇ ਜੀ ਅਗਲੇ ਕੁਐਸਚਨ ਵੱਲ ਕੁਐਸਚਨ ਨੰਬਰ 16 ਹੈ ਜੀ ਆਪਣੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਸੌਂਪ ਸਕਦਾ ਹੈ অপਸ਼ਨ A ਹੈ ਜੀ ਸੰਸਦ B ਹੈ ਜੀ ਰਾਜ ਸਭਾ ਦੇ ਚੇਅਰਮੈਨ C ਹੈ ਜੀ ਲੋਕ ਸਭਾ ਸਪੀਕਰ D ਹੈ ਜੀ ਕੋਈ ਨਹੀਂ ਸਹੀ ਆਨਸਰ ਆਏਗਾ ਜੀ অপਸ਼ਨ B ਸੋ B ਸਹੀ ਆਨਸਰ ਹੈ ਜੀ C ਨਹੀਂ ਰਾਜ ਸਭਾ ਦਾ ਚੇਅਰਮੈਨ ਆਪਾਂ ਨੂੰ ਪਤਾ ਹੈ ਉਪ ਰਾਸ਼ਟਰਪਤੀ ਹੁੰਦਾ ਹੈ ਜੀ ਔਰ ਉਪ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਜਿਹੜਾ ਆਪਣਾ ਤਿਆਗ ਪੱਤਰ ਉਹ ਸੰਪਸਕਦਾ ਜੀ ਸੁਰਾ ਸਭਾ ਦਾ ਚੇਅਰਮੈਨ ਇਹ ਆਪਾਂ ਨੂੰ ਪਤਾ ਹੈ ਕਿ ਕੌਣ ਹੁੰਦਾ ਆਪਣੇ ਪਦ ਦੇ ਕਾਰਨ ਆਪਣੇ ਅਹੁਦੇ ਦੇ ਕਾਰਨ ਤਾਂ ਉਪ ਰਾਸ਼ਟਰਪਤੀ ਰਾਸ਼ਟਰ ਸਭਾ ਦਾ ਚੇਅਰਮੈਨ ਹੁੰਦਾ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ ਔਰ ਉਪ ਰਾਸ਼ਟਰਪਤੀ ਨੂੰ ਹੀ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਦੇ ਸਕਦੇ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 17 ਹੈ ਜੀ ਰਾਸ਼ਟਰਪਤੀ ਸੰਸਦ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ ਆਪਸ਼ਨ ਏ ਹੈ ਜੀ 14 ਬੀ ਹੈ ਜੀ 16 ਸੀ ਹੈ ਜੀ 12 ਡੀ ਹੈ ਜੀ 2 ਸਹੀ ਆਨਸਰ ਹੈ ਜੀ ਆਪਸ਼ਨ ਏ ਜੀ ਸੋ 14 ਕਰਦਾ ਹੈ ਜੀ ਜੇਦੋ ਆਪਾਂ ਇੱਕ ਟੌਪਿਕ ਵਧੀਆ ਤਰੀਕੇ ਨਾਲ ਕਰ ਲੈਨੇ ਆ ਨਾ ਜਿਸ ਤਰ੍ਹਾਂ ਆਪਾਂ ਲੋਕ ਸਭਾ ਤੇ ਰਾਜ ਸਭਾ ਕਰ ਲਿਆ ਲੋਕ ਸਭਾ ਕੀਤਾ ਸੀ ਰਾਜ ਸਭਾ ਸੌਖਾ ਹੋ ਗਿਆ ਲੋਕ ਸਭਾ ਤੇ ਰਾਜ ਸਭਾ ਕਰ ਲਏ ਰਾਸ਼ਟਰਪਤੀ ਦਾ ਟੌਪਿਕ ਹੋਰ ਵੀ ਸੌਖਾ ਹੋ ਗਿਆ ਸੋ ਉਹੀ ਚੀਜ਼ਾਂ ਹੁੰਦੀਆਂ ਨੇ ਜੋ ਵਾਰ-ਵਾਰ ਰਿਪੀਟ ਹੁੰਦੀਆਂ ਨੇ ਸਿਰਫ ਥੋੜਾ ਧਿਆਨ ਦੇਣ ਦੀ ਲੋੜ ਹੈ ਜੀ 14 ਮੈਂਬਰ ਹੁੰਦੇ ਨੇ 12 ਜਿਹੜੇ ਨੇ ਉਹ ਆਪਾਂ ਨੂੰ ਪਤਾ ਹੈ ਕਿ ਜਿਨ੍ਹਾਂ ਨੇ ਕਲਾ ਦੇ ਵਿੱਚ ਸਿਹਤ ਦੇ ਵਿੱਚ ਵਿਗਿਆਨ ਦੇ ਵਿੱਚ ਵਧੀਆ ਕੀਤਾ ਹੋਏ ਰਾਜ ਸਭਾ ਵਿੱਚ ਨਾਮਜ਼ਦ ਕਰਦਾ ਰਾਸ਼ਟਰਪਤੀ ਔਰ ਦੋ ਜਿਹੜਾ ਹੈ ਐਂਗਲੋ ਇੰਡੀਅਨ ਲੋਕ ਸਭਾ ਦੇ ਵਿੱਚ ਨਾਮਜ਼ਦ ਕਰਦਾ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 18 ਮਹਾਦੋਸ਼ ਮੁਕੱਦਮਾ ਚਲਾਉਣ ਤੋਂ ਕਿੰਨੇ ਦਿਨ ਪਹਿਲਾਂ ਇਸ ਸਬੰਧੀ ਰਾਸ਼ਟਰਪਤੀ ਨੂੰ ਸੂਚਨਾ ਦੇਣੀ ਚਾਹੀਦੀ ਹੈ অপਸ਼ਨ A ਹੈ ਜੀ ਦਿੱਤੀ ਜਾਂਦੀ ਹੈ ਜਾਂ ਚਾਹੀਦੀ ਹੈ অপਸ਼ਨ A ਹੈ ਜੀ 28 ਦਿਨ B ਹੈ ਜੀ 21 ਦਿਨ C ਹੈ ਜੀ 14 ਦਿਨ D ਹੈ ਜੀ 7 ਦਿਨ ਸਹੀ ਆਨਸਰ ਹੈ ਜੀ অপਸ਼ਨ C ਜੀ 14 ਦਿਨ ਪਹਿਲਾਂ ਜਿਹੜੀ ਹੈ ਸੂਚਨਾ ਦੇਣੀ ਚਾਹੀਦੀ ਹੈ ਦੇਣੀ ਬਣਦੀ ਹੈ ਸੰਵਿਧਾਨ ਦੇ ਅਨੁਸਾਰ ਔਰ ਲਗਭਗ ਜਿਹੜਾ ਹੈ ਸੰਸਦ ਦੇ 25% ਮੈਂਬਰਾਂ ਦੁਆਰਾ ਜਿਹੜੀ ਉਹ ਹਸਤਾਖਰ ਹੋਣੀ ਚਾਹੀਦੀ ਹੈ ਜਿਹੜੀ ਸੂਚਨਾ ਦੇਣੀ ਹੈ। ਸੋ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸਦਨ ਦੇ ਕਿੰਨੇ ਮੈਂਬਰਾਂ ਦੁਆਰਾ ਹਸਤਾਖਰ ਹੋਣੀ ਚਾਹੀਦੀ ਹੈ ਜੋ ਆਪਾਂ ਮਹਾਦੋਸ਼ ਚਲਾਣਾ ਸੂਚਨਾ ਦੇਣੀ ਹੈ ਰਾਸ਼ਟਰਪਤੀ ਨੂੰ 14 ਦਿਨ ਪਹਿਲਾਂ ਤਾਂ 1 ਚਤਾਈ ਜਾਂ 25% ਮੈਂਬਰਾਂ ਦੇ ਹਸਤਾਖਰ ਉਸਤੇ ਹੋਣੇ ਚਾਹੀਦੇ। ਕਵੈਸਚਨ ਨੰਬਰ 19 ਜੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਣ ਤੇ ਉਹਦਾ ਕੌਣ ਸੰਭਾਲਦਾ ਹੈ অপਸ਼ਨ A ਜੀ ਲੋਕ ਸਭਾ ਦਾ ਸਪੀਕਰ B ਹੈ ਜੀ ਰਾਜ ਸਭਾ ਦਾ ਡਿਪਟੀ ਸਪੀਕਰ C ਹੈ ਜੀ ਸੁਪਰੀਮ ਕੋਰਟ ਦਾ ਮੁੱਖ ਜੱਜ D ਹੈ ਜੀ ਕੋਈ ਨਹੀਂ ਤਾਂ ਸਹੀ ਆਨਸਰ ਆਏਗਾ ਜੀ অপਸ਼ਨ C ਜੀ ਸੋ ਜੇਕਰ ਕਿਸੇ ਕਾਰਨ ਜਿਹੜਾ ਹੈ ਰਾਸ਼ਟਰਪਤੀ ਔਰ ਉਪ ਰਾਸ਼ਟਰਪਤੀ ਦੋਨੋਂ ਅਹੁਦੇ ਤੇ ਨਹੀਂ ਹਨ ਤਾਂ ਸੁਪਰੀਮ ਕੋਰਟ ਦਾ ਜਿਹੜਾ ਮੁੱਖ ਜੱਜ ਹੈ ਉਹ ਅਹੁਦਾ ਸੰਭਾਲਦਾ ਜੇਕਰ ਸੁਪਰੀਮ ਕੋਰਟ ਦਾ ਮੁੱਖ ਜੱਜ ਵੀ ਨਹੀਂ ਹੈ ਤਾ ਸਭ ਤੋਂ ਜਿਹੜਾ ਸੁਪਰੀਮ ਕੋਰਟ ਚ ਸੀਨੀਅਰ ਜੱਜ ਆ ਉਹ ਉਹਦਾ ਸੰਭਾਲੇਗਾ ਜੇਕਰ ਉਹ ਵੀ ਨਹੀਂ ਹੈ ਤਾਂ ਉਸ ਤੋਂ ਨੀਚੇ ਵਾਲਾ ਇਸ ਤਰ੍ਹਾਂ ਮਤਲਬ ਕਿ ਅੱਗੇ ਜਿਹੜਾ ਹੈ ਲੜੀ ਚੱਲਦੀ ਜਾਊਗੀ ਨੈਕਸਟ ਹੈ ਜੀ ਕੁਐਸਚਨ ਨੰਬਰ 20 ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ਤਾ ਮੁਕੱਦਮਾ ਸੰਸਦ ਦੇ ਕਿਸ ਸਦਨ ਵਿੱਚ ਲਗਾਇਆ ਜਾ ਸਕਦਾ ਹੈ ਜਾਂ ਚਲਾਇਆ ਜਾ ਸਕਦਾ ਹੈ ਆਪਸ਼ਨ A ਹੈ ਜੀ ਲੋਕ ਸਭਾ B ਹੈ ਜੀ ਰਾਜ ਸਭਾ C ਹੈ ਜੀ ਸਰਵੋਚ ਅਦਾਲਤ D ਹੈ ਜੀ ਕਿਸੇ ਵੀ ਸਦਨ ਵਿੱਚ ਸਹੀ ਆਨਸਰ ਆਏਗਾ ਜੀ ਆਪਸ਼ਨ C ਸੋ ਸਰਵੋਚ ਸੌਰੀ ਬਾਈ ਮਿਸਟੇਕ ਜਿਹੜਾ ਹੈ ਸੀ ਲਿਖਿਆ ਗਿਆ ਸਹੀ ਆਏਗਾ ਜੀ ਡੀ ਕਿਸੇ ਵੀ ਸਦਨ ਦੇ ਵਿੱਚ ਜਿਹੜਾ ਹੈ ਲੋਕ ਸਭਾ ਜਾਂ ਰਾਜ ਸਭਾ ਜਿਹੜੇ ਮਰਜੀ ਸਦਨ ਦੇ ਵਿੱਚ ਸਦਨ ਦੇ ਵਿੱਚ ਹੀ ਲਾਇਆ ਜਾਊਗਾ ਜੀ ਕਿਸੇ ਵੀ ਸਦਨ ਚ ਲਾਇਆ ਜਾ ਸਕਦਾ ਹੈ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਮਹਾਂ ਦੋਸ਼ ਜਿਹੜਾ ਹੈ ਜੀ ਔਰ ਉਹ 2/3 ਬਹੁਮਤ ਦੇ ਨਾਲ ਦੋਨੋਂ ਸਦਨਾਂ ਚੋਂ ਪਾਸ ਹੋਣਾ ਜ਼ਰੂਰੀ ਕੁਐਸਚਨ ਨੰਬਰ ਅੱਗੇ ਹੈ ਜੀ 21 ਭਾਰਤੀ ਫੌਜਾਂ ਦਾ ਸਰਵਉੱਚ ਕਮਾਂਡਰ ਕੌਣ ਹੁੰਦਾ ਹੈ অপਸ਼ਨ A ਜੀ ਪ੍ਰਧਾਨ ਮੰਤਰੀ B ਹੈ ਜੀ ਸੈਨਾ ਮੰਤਰੀ C ਹੈ ਜੀ ਰਾਸ਼ਟਰਪਤੀ D ਹੈ ਜੀ ਉਪ ਰਾਸ਼ਟਰਪਤੀ ਸਹੀ ਆਨਸਰ ਆਏਗਾ ਜੀ অপਸ਼ਨ ਸੀ ਜੀ ਸੋ ਸਰਵੋੱਚ ਕਮਾਂਡਰ ਹੈ ਤਿੰਨਾਂ ਸੈਨਾਵਾਂ ਦਾ ਮੁਖੀ ਹੈ ਰਾਸ਼ਟਰਪਤੀ ਅਗਲਾ ਕੁਐਸਚਨ ਹੈ ਜੀ ਆਪਣਾ ਕੁਐਸਚਨ ਨੰਬਰ 22 ਕਿਸ ਅਨੁਛੇਦ ਤਹਿਤ ਰਾਸ਼ਟਰਪਤੀ ਅਧਿਆਦੇਸ਼ ਜਾਂ ਆਰਡੀਨੈਂਸ ਜਿਹੜਾ ਉਹ ਜਾਰੀ ਕਰ ਸਕਦਾ ਹੈ ਜੀ অপਸ਼ਨ ਐ ਹੈ ਜੀ 124 ਬੀ ਹੈ ਜੀ 123 ਸੀ ਹੈ ਜੀ 122 ਡੀ ਹੈ ਜੀ 128 ਜੀ ਤਾਂ ਜੇਕਰ ਸੰਸਦ ਦਾ ਕੋਈ ਸਦਨ ਨਹੀਂ ਹੋ ਰਿਹਾ ਤਾਂ ਜਿਹੜਾ ਆਰਡੀਨੈਂਸ ਹੈ ਜਾਰੀ ਕਰ ਸਕਦਾ ਹੈ ਔਰ ਉਹਨੂੰ ਜਿਹੜੀ ਮਾਨਤਾ ਹੈ ਉਹ ਕਾਨੂੰਨ ਦੇ ਬਰਾਬਰ ਹੁੰਦੀ ਹੈ ਲੋਕ ਸਭਾ ਤੇ ਰਾਜ ਸਭਾ ਜੋ ਕਾਨੂੰਨ ਪਾਸ ਕਰਦੀ ਹੈ ਉਸ ਤੇ ਬਰਾਬਰ ਉਸ ਨੂੰ ਮਾਨਤਾ ਹੁੰਦੀ ਹੈ ਔਰ ਉਹ ਜਾਰੀ ਕਰ ਸਕਦਾ ਹੈ ਜੀ ਆਪਸ਼ਨ ਬੀ ਜੀ ਆਪਸ਼ਨ ਬੀ 123 ਦੇ ਤਹਿਤ ਅਨੁਸ਼ੇਦ 123 ਦੇ ਤਹਿਤ ਸੋ ਇਸ ਚੀਜ਼ ਸੀ ਨੂੰ ਭੁੱਲ ਜਿਓ ਜੀ 123 ਅਨੁਸ਼ੇਦ 1 2 3 123 ਦੇ ਤਹਿਤ ਜਿਹੜਾ ਹੈ ਆਰਡੀਨੈਂਸ ਜਾਰੀ ਕਰ ਸਕਦਾ ਹੈ ਜਿਹੜਾ ਰਾਸ਼ਟਰਪਤੀ ਹੈ ਜੀ ਔਰ ਇਹ ਆਰਡੀਨੈਂਸ 6 ਮਹੀਨੇ ਤੱਕ ਲਾਗੂ ਰਹਿੰਦਾ ਜੀ ਅੱਗੇ ਹੈ ਜੀ ਕੁਐਸਚਨ ਨੰਬਰ 23 ਹੈ ਜੀ ਰਾਸ਼ਟਰਪਤੀ ਦੀਆਂ ਕਾਰਜਕਾਰੀ ਸ਼ਕਤੀਆਂ ਹਨ ਆਪਸ਼ਨ ਐ ਜੀ ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਦੀ ਨਿਯੁਕਤੀ ਬੀ ਹੈ ਜੀ ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜਾਂ ਅਟਾਰਨੀ ਜਨਰਲ ਤੇ ਐਡੀਟਰ ਜਨਰਲ ਦੀ ਨਿਯੁਕਤੀ ਸੀ ਹੈ ਜੀ ਮਹੱਤਵਪੂਰਨ ਅਯੋਗਾਂ ਦੀ ਨਿਯੁਕਤੀ ਡੀ ਹੈ ਜੀ ਉਪਰੋਕਤ ਸਾਰੇ ਸਹੀ ਆਨਸਰ ਆਏਗਾ ਜੀ ਆਪਸ਼ਨ ਡੀ ਜੀ ਉਪਰੋਕਤ ਸਾਰੇ ਸੋ ਜਿਹੜਾ ਪ੍ਰਧਾਨ ਮੰਤਰੀ ਹੈ ਸੋਰੀ ਰਾਸ਼ਟਰਪਤੀ ਇਹ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਮੰਤਰੀ ਪਰਿਸ਼ਦ ਦੀ ਨਿਯੁਕਤੀ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਹੈ ਰਾਜਪਾਲ ਦੀ ਨਿਯੁਕਤੀ ਕਰਦਾ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਅਟਾਰਨੀ ਜਨਰਲ ਅਡਿਟਰ ਜਨਰਲ ਦੀ ਨਿਯੁਕਤੀ ਇਹਨਾਂ ਸਾਰਿਆਂ ਦੀ ਨਿਯੁਕਤੀ ਕਰਦਾ ਹੈ ਔਰ ਜਿੰਨੇ ਵੀ ਮਹੱਤਵਪੂਰਨ ਅਯੋਗ ਨੇ ਜੀ ਉਹਨਾਂ ਸਾਰਿਆਂ ਦੇ ਮੈਂਬਰਾਂ ਤੇ ਅਧਿਐਕਸ਼ਾਂ ਦੀ ਜਿਹੜੀ ਨਿਯੁਕਤੀ ਹੈ ਉਹ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ ਜਿਵੇਂ ਇੰਟਰ ਸਟੇਟ ਕੌਂਸਲ ਅੰਤਰ ਰਾਜੀ ਪਰਿਸ਼ਦ ਹੋਗੀ ਸੰਘੀ ਲੋਕ ਸੇਵਾ ਯੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੋਗੀ ਸਾਂਝਾ ਪ੍ਰਤੀਕ ਲੋਕ ਸੇਵਾ ਯੋਗ ਜੁਆਇੰਟ ਸਟੇਟ ਪਬਲਿਕ ਸਰਵਿਸ ਕਮਿਸ਼ਨ ਵਿੱਤ ayog ਫਾਈਨੈਂਸ ਕਮਿਸ਼ਨ ਚੋਣ ਯੋਗ ਇਲੈਕਸ਼ਨ ਕਮਿਸ਼ਨ ਹੋ ਗਿਆ ਇਲੈਕਸ਼ਨ ਕਮਿਸ਼ਨਰ ਮੁੱਖ ਚੋਣ ਯੋਗ ਹੈ ਜਿਹੜਾ ਉਸਦੀ ਨਿਯੁਕਤੀ ਔਰ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਯੋਗ ਜਿਹੜਾ ਹੈ ਭਾਸ਼ਾ ਯੋਗ ਹੈ ਸੋ ਮਨੁੱਖੀ ਅਧਿਕਾਰ ਵਾਲੀ ਰਾਸ਼ਟਰੀ ਯੋਗ ਹੈ ਨੈਸ਼ਨਲ ਕਮਿਸ਼ਨ ਫॉर ਹਿਊਮਨ ਰਾਈਟਸ ਸੋ ਇਹਨਾਂ ਸਾਰਿਆਂ ਦੀ ਜਿਹੜੀ ਨਿਯੁਕਤੀ ਹੈ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਸੋ ਇਹਨਾਂ ਦੇ ਮੈਂਬਰਾਂ ਦੀ ਜਿਹੜੇ ਇਹਨਾਂ ਦੇ ਅਧਿਐਕਸ਼ ਨੇ ਉਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਕੁਐਸਚਨ ਨੰਬਰ ਹੈ ਜੀ ਅੱਗੇ 24 ਸੰਸਦ ਦੇ ਪਹਿਲੇ اجلاس ਦਾ ਉਦਘਾਟਨ ਕੌਣ ਕਰਦਾ ਹੈ ਜੀ? ਆਪਸ਼ਨ A ਹੈ ਜੀ ਰਾਸ਼ਟਰਪਤੀ B ਹੈ ਪ੍ਰਧਾਨ ਮੰਤਰੀ C ਹੈ ਰਾਜਪਾਲ D ਹੈ ਲੋਕ ਸਭਾ ਸਪੀਕਰ ਸਹੀ ਅਨਸਰ ਹੈ ਜੀ ਆਪਸ਼ਨ A ਰਾਸ਼ਟਰਪਤੀ। ਸੋ ਟਾਪਿਕ ਰਾਸ਼ਟਰਪਤੀ ਦਾ ਕਰ ਰਹੇ ਆ ਤਾਂ ਇਹੋ ਜਿਹੇ ਕੁਐਸਚਨ ਹੁਣ ਇੱਥੇ ਜਿਹੜੇ ਨੇ ਬਿਲਕੁਲ ਆਸਾਨ ਲੱਗਣਗੇ ਬਟ ਜਦੋਂ ਮੌਕ ਟੈਸਟ ਪਾਈਦਾ ਸਾਰੇ ਜੁਆਇੰਟ ਕੁਐਸਚਨ ਆਉਣਗੇ ਤਾਂ ਉੱਥੇ ਜਿਹੜੀ ਹੈ ਪ੍ਰੋਬਲਮ ਆ ਸਕਦੀ ਹੈ ਜੇਕਰ ਆਪਾਂ ਧਿਆਨ ਨਾਲ ਨਹੀਂ ਕਰਦੇ ਤਾਂ। ਅੱਗੇ ਆ ਜੀ ਕੁਐਸਚਨ ਨੰਬਰ 25 ਸੰਸਦ ਦਾ اجلاس ਸ਼ੁਰੂ ਹੋਣ ਤੋਂ ਬਾਅਦ ਆਰਡੀਨੈਂਸ ਕਿੰਨੇ ਸਮੇਂ ਤੱਕ ਲਾਗੂ ਰਹਿ ਸਕਦਾ ਹੈ অপਸ਼ਨ A ਹੈ ਜੀ 6 ਦਿਨ B ਹੈ 6 ਹਫਤੇ C ਹੈ ਜੀ 6 ਮਹੀਨੇ D ਹੈ ਜੀ 1 ਸਾਲ ਸੋ ਇੱਥੇ ਪੁੱਛਿਆ ਗਿਆ ਕਿ ਸੰਸਦ ਦਾ ਜੇਕਰ اجلاس ਜਿਹੜਾ ਸ਼ੁਰੂ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਆਰਡੀਨੈਂਸ ਕਿੰਨੇ ਮਤਲਬ ਦਿਨਾਂ ਤੱਕ ਜਿਹੜਾ ਹੈ ਲਾਗੂ ਰਹਿੰਦਾ ਜਾਂ ਕਿੰਨੇ ਸਮੇਂ ਤੱਕ ਲਾਗੂ ਰਹਿੰਦਾ ਤਾਂ ਸਹੀ ਆਨਸਰ ਆਏਗਾ ਜੀ অপਸ਼ਨ B ਸੋ 6 ਹਫਤੇ ਤੱਕ ਦੀ ਸੋ ਇੱਥੇ ਜਿਹੜਾ ਇਹ ਯਾਦ ਰੱਖਣਾ ਹੈ ਕਿ ਸੁਵਿਧਾਨ ਦੇ ਵਿੱਚ ਵਿਵਸਥਾ ਹੈ ਕਿ ਰਾਸ਼ਟਰਪਤੀ ਦੁਆਰਾ ਅਧਿਆਦੇਸ਼ ਜਿਹੜਾ ਜਾਰੀ ਕੀਤਾ ਜਾਂਦਾ ਹੈ ਜ ਉਸਤੇ ਜਾਰੀ ਕਰਨ ਮਗਰੋਂ ਸੰਸਦ ਦੇ ਵਿੱਚ ਪੇਸ਼ ਕੀਤਾ ਜਾਣਾ ਜ਼ਰੂਰੀ ਹੈ ਜੀ ਔਰ ਅਧਿਆਦੇਸ਼ ਜਾਰੀ ਹੋਣ ਮਗਰੋਂ ਸੰਸਦ ਦਾ ਸਮਾਗਮ ਜਿਸ ਮਿਤੀ ਨੂੰ ਆਰੰਭ ਹੋਵੇਗਾ ਉਸ ਮਿਤੀ ਤੋਂ 6 ਹਫਤੇ ਮਗਰੋਂ ਅਧਿਆਦੇਸ਼ ਦੀ ਮਿਆਦ ਜਿਹੜੀ ਹੈ ਉਹ ਖਤਮ ਹੋ ਜਾਏਗੀ ਜੀ ਇਹ ਚੀਜ਼ ਯਾਦ ਰੱਖਣੀ ਹੈ ਔਰ ਇਨ੍ਹਾਂ 6 ਹਫਤਿਆਂ ਦੇ ਸਮੇਂ ਤੋਂ ਪਹਿਲਾਂ ਵੀ ਸੰਸਦ ਦੇ ਦੋਨੋਂ ਸਦਨ ਉਸ ਅਧਿਆਦੇਸ਼ ਨੂੰ ਜਿਹੜਾ ਹੈ ਪ੍ਰਸਤਾਵਾਂ ਦੁਆਰਾ ਰੱਦ ਕਰ ਸਕਦੇ ਨੇ ਔਰ ਜੇਕਰ ਸਰਕਾਰ ਅਧਿਆਦੇਸ਼ ਦੀਆਂ ਵਿਵਸਥਾਵਾਂ ਨੂੰ ਜਾਰੀ ਰੱਖਣਾ ਚਾਹੁੰਦੀ ਹੋਵੇ ਤਾਂ ਵੀ ਜਿਹੜਾ ਹੈ ਉਸ ਨੂੰ ਕਾਨੂੰਨ ਦਾ ਰੂਪ ਦੇ ਸਕਦੀ ਹੈ ਔਰ ਅਜਿਹਾ ਕਾਨੂੰਨ ਸੰਸਦ ਦੁਆਰਾ ਪਾਸ ਹੋਣਾ ਜ਼ਰੂਰੀ ਹੈ ਸੋ ਇਹ ਚੀਜ਼ ਯਾਦ ਰੱਖਣੀ ਹੈ ਜੀ ਸੋ ਏ ਸੀ ਜੀ ਅੱਜ ਦੇ ਆਪਣੇ 25 ਕੁਐਸਚਨ ਨੈਕਸਟ 25 ਬੇਸਿਕ ਕੁਐਸਚਨ ਸੀ ਨੈਕਸਟ ਜਿਹੜੇ ਆਪਾਂ 25 ਜਾਂ 30 ਜਿੰਨੇ ਵੀ ਕੁਐਸਚਨ ਹੋਰ ਇਸ ਟੌਪਿਕ ਦੇ ਨਾਲ ਰਿਲੇਟਡ ਹੋਣਗੇ ਉਹ ਥੋੜੇ ਡੀਪਲੀ ਹੋਣਗੇ ਸੋ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵਾਦੇ ਵਾਦੇ ਇਸ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ